ते सेवक देख रहे सारे ही श्रोतियां नूं जतार सिंह जब्बोवाल दे वल्लों प्यार भरी सत श्री अकाल। शहीद आजम सरदार भगत सिंह जी की धरती दे उपर बसिया होया पिंड खटकड़ कलां, जे खटकड़ कलां की गल की जाए शहीद आजम सरदार भगत सिंह जी के जन्मदिन नूं सांझा करन दे लई, खुशियां नूं मनाउण दे लई पंजाब दे मुख्यमंत्री भगवंत मान CM साहिबान उचेजे तौर पर नतमस्तक होण दे लई खटकड़ कलां दे विच पहुँच रहे हैं। सारे ही श्रोतियों को बेनती है कि वीडियो में वध तो वध शेयर करो, चैनल में सबसक्राइब करो। देखिए कि इत्थे अज बड़ियां जिहड़ियां रौनक हैगियां आ भगत सिंह जी आदम बुत दे उपर लगणगियां। इस मिट्टी नूं नतमस्तक करन दे लई दूरों दूरों पिंडां तों मोहतवार बच्चे लैके परिवारां समेत पहुँच रहे हैं। शहीद आजम सरदार भगत सिंह जी दीआं कुरबानियां नूं याद रखण दे लई, कुरबानियां नूं सांझा करन दे लई अपने बच्चे नूं अचेजे तौर पर इस मिट्टी की महानता दे लई इत्थे नतमस्तक होण दे लई पहुँचणगे। पहुँच रहे ने पंजाब दे मुख्यमंत्री भगवंत मान जी। CM भगवंत मान जी अचेजे तौर पर खटकड़ कलां शहीद आजम सरदार भगत सिंह जी की धरती नतमस्तक होने के लिए उन्होंने 116वें जन्मदिन के उपर खटकड़ कलां पहुंचे ने शहीद भगत सिंह जी के जद्दी पिंड खटकड़ कलां जन्मदिन 116वें मुख रखते हुए नतमस्तक होने के लिए फुलमाला अर्पण करते हुए, जे कैबिनेट मंत्रियों की गल की जाए बड़े पद्धर के कैबिनेट मंत्री नाल पहुंचने पवित्र धरती पे अज शहीद आजम सरदार भगत सिंह होर जन्मदिन के मौके पर उन्होंने याद करने लई दूरों नेड़ों भगत सिंह होर की सोच न भगत सिंह होर के इनकलाब के दीवे जगदा रखने वाले सत्कारयोग बजुर्ग नौजवान छोटे बच्चे मावां भैणां बहुत वड्डी गिणती है तुसीं इत्थे पहुंचे हो। इस तों इलावा स्टेज के उत्ते आजाद भारत के नागरिकां वल्लों जो हक शहीद आजम भगत सिंह होरां ने फांसी के रस्से चुन के वोट का हक जो सानू दवाया उस हक के इस्तेमाल करके चुने हुए नुमाइंदे मंत्री साहबान MLA साहबान पार्टी के सीनियर अहुदेदार साहबान चेयरमैन वक्त वक्त होर अहुदे ते काम करते सारे सत्कारयोग उन्हों का भी मैं धन्यवाद करता मंच को अपने शब्दों के भंडार अपने शुद्ध पंजाबी जुबान बोल के आम लोगों दी गल्लां आम लोगों के शेयर कवितावां लोगों के
ਵਿੱਚ ਕੰਨਾਂ ਦੇ ਵਿੱਚ ਪਾ ਕੇ ਜਜ਼ਬੇ ਨੂੰ ਜਨੂਨ ਨੂੰ ਕਾਇਮ ਰੱਖਣ ਵਾਲੇ ਬਹੁਤ ਸਾਰਾ ਸਤਿਕਾਰ ਉਹਨਾਂ ਨੇ ਪੰਜਾਬੀਆਂ ਦੇ ਦਿਲਾਂ 'ਚ ਬਣਾਇਆ। ਜਿੰਦਰ ਸੱਤੀ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ, ਨਮਸਕਾਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰੋ ਅੱਜ ਕੋਈ ਆਮ ਦਿਨ ਨਹੀਂ ਹੈਗਾ, ਅੱਜ ਕੋਈ ਆਮ ਫੰਕਸ਼ਨ ਨਹੀਂ ਹੈਗਾ, ਅੱਜ ਇੱਕ ਮਕਸਦ ਹੈ। ਅੱਜ ਦੇ ਦਿਨ ਇੱਕ ਬੱਚੇ ਨੇ ਜਨਮ ਲਿਆ, ਸ਼ਾਇਦ ਅੰਗਰੇਜ਼ਾਂ ਦੇ ਅੰਪਾਇਰ ਨੂੰ ਬਹੁਤ ਵੱਡਾ ਅੰਪਾਇਰ ਸੀ, ਕਹਿੰਦੇ ਸੂਰਜ ਨਹੀਂ ਛੁਪਦਾ ਸੀ ਉਹਨਾਂ ਦੇ ਰਾਜ 'ਚ, ਜਿੱਥੇ ਵੀ ਸੂਰਜ ਹੁੰਦਾ ਸੀ ਉੱਥੇ ਉਹਨਾਂ ਰਾਜ ਹੁੰਦਾ ਸੀ, ਅਤੇ ਜਦੋਂ ਉੱਥੇ ਸੂਰਜ ਛੁੱਟ ਜਾਂਦਾ ਸੀ ਦੂਜੇ ਪਾਸੇ ਧਰਤੀ ਦੇ ਵਿੱਚ ਸੂਰਜ ਚੜ੍ਹ ਜਾਂਦਾ ਸੀ, ਉੱਥੇ ਵੀ ਉਹਨਾਂ ਰਾਜ ਹੁੰਦਾ ਸੀ, ਸੂਰਜ ਨਹੀਂ ਛੁੱਪਦਾ ਸੀ। ਉਹਨਾਂ ਨੇ ਸੋਚਿਆ ਨਹੀਂ ਹੋਣਾ ਕਿ 28 ਸਤੰਬਰ ਨੂੰ ਇੱਕ ਐਸਾ ਯੋਧਾ ਪੈਦਾ ਹੋਇਆ ਜਿਹੜਾ ਮਹਿਜ 20 ਸਾਲਾਂ ਦੇ ਵਿੱਚ ਵਿੱਚ ਤੁਹਾਡੀਆਂ ਜੜ੍ਹਾਂ ਹਲਾ ਕੇ ਰੱਖੂਗਾ ਤੁਹਾਡੇ ਤੱਕ ਤਾਂ, ਕਿਉਂਕਿ ਜਿਸ ਵੇਲੇ 20 ਸਾਲ ਦੇ ਸੀ ਉਸ ਵੇਲੇ ਇਨਕਲਾਬ ਦੇ ਦੌਰ ਚੋਂ ਨਿਕਲ ਰਹੇ ਸੀ। ਆਪਾਂ ਨੂੰ ਇਹ ਚੀਜ਼ਾਂ ਯਾਦ ਰੱਖਣੀਆਂ ਚਾਹੀਦੀਆਂ ਕਿ ਸਾਡੇ ਪੁਰਖਿਆਂ ਨੇ ਕਿੱਡੀਆਂ ਕਿੱਡੀਆਂ ਕੁਰਬਾਨੀਆਂ ਕੀਤੀਆਂ, ਜਿਹੜੀ ਉਮਰ 'ਚ ਸਾਡੇ ਨੌਜਵਾਨ ਆਪਣੇ ਬਾਪੂ ਤੋਂ ਮੋਟਰਸਾਈਕਲ ਮੰਗਦੇ ਆ, ਉਸ ਉਮਰ 'ਚ ਭਗਤ ਸਿੰਘ ਹੋਈ ਅੰਗਰੇਜ਼ਾਂ ਤੋਂ ਮੁਲਕ ਮੰਗ ਰਹੇ ਸੀ ਕਿ ਸਾਡਾ ਮੁਲਕ ਦਿਓ ਸਾਨੂੰ। ਆਹ ਫਰਕ ਹੈ, ਐਵੇਂ ਨਹੀਂ ਮੇਲੇ ਲੱਗਦੇ, ਐਵੇਂ ਨਹੀਂ ਨਤਮਸਤ ਕਰਦੇ ਲੋਕ। ਪਰਮਾਤਮਾ ਕਿਸੇ ਕਿਸੇ ਬੰਦੇ ਨੂੰ ਖਾਸ ਡਿਊਟੀ ਲਾ ਕੇ ਭੇਜਦਾ ਕਿ ਕੰਮ ਨੂੰ ਇਹੀ ਕਰਨਾ। ਪਰਿਵਾਰ ਬੈਠਾ ਭਗਤ ਸਿੰਘ ਉਹਨਾਂ ਦੀ ਅਗਲੀ ਕੁਰਸੀ ਨਾਵੇਂ ਚੋਂ ਕਿਤੋਂ ਨਾ ਕਿਤੋਂ ਜੁੜਦੀ ਆ ਪਰਿਵਾਰ ਦੇ ਸੰਬੰਧ। ਮੱਥਾ ਟੇਕ ਕੇ ਆਇਆ, ਸਰਦਾਰ ਅਜੀਤ ਸਿੰਘ ਚਾਚਾ ਜੀ ਜਿੱਥੋਂ ਚਿਣ ਕੇ ਲੱਗੀ ਆ ਸਾਰੀ ਚਲਾ ਬਦਲੀ ਕੱਟੀ ਦੇਸ਼ ਟਿਕਾਣਾ ਕੱਟਿਆ, ਸੰਜੋਗ ਜਾਂ ਕੁਦਰਤ ਕਹਿ ਲਓ, ਮੌਤ ਕਿੱਥੇ ਹੋਈ, ਸ਼ਹੀਦੀ ਕਿੱਥੇ ਹੋਈ, ਦਲਹੌਜੀ ਸੀਗੇ 15 ਅਗਸਤ 1947 ਨੂੰ, ਤੇ ਜਾਂਦੇ ਹੋਏ ਦੇ ਲਫ਼ਜ਼ ਕੀ ਸੀ, ਸ਼ੁਕਰ ਹੈ ਰੱਬਾ ਸਾਡਾ ਮਕਸਦ ਪੂਰਾ ਹੋ ਗਿਆ, ਸਾਡਾ ਮੰਤਵ ਪੂਰਾ ਹੋ ਗਿਆ, ਆਖਰੀ ਸਾਹ ਆਜ਼ਾਦੀ ਚ ਲੈ ਕੇ ਜਾ ਰਹੇ ਹਾਂ। ਉਸ ਤੋਂ ਬਾਅਦ ਮੈਂ ਬਹੁਤ ਕਿਤਾਬਾਂ ਬਹੁਤ ਭਗਤ ਸਿੰਘ ਹੋਰਾਂ ਦੇ ਕੋਰੀਓਗ੍ਰਾਫੀਆਂ ਨਾਟਕ ਦੇਖੇ ਨੇ, ਮਹਿਜ ਇੰਨੀ ਛੋਟੀ ਉਮਰ 'ਚ ਇੰਨੀਆਂ ਕਿਤਾਬਾਂ ਉਹਨਾਂ ਨੇ ਪੜ੍ਹ ਲਈਆਂ, ਇੱਕ ਚੱਲਦਾ ਫਿਰਦਾ ਇੰਸਾਈਕਲੋਪੀਡੀਆ ਬਣ ਗਏ, ਹਰ ਗੱਲ ਦਾ ਉਹਨਾਂ ਦੇ ਤੱਕ ਸਮੇਤ ਜਵਾਬ ਸੀ। ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਨੂੰ ਕਦੇ ਵੀ ਇਸ ਗੱਲ ਦੀ ਚਿੰਤਾ ਨਹੀਂ ਸੀ ਕਿ ਦੇਸ਼ ਆਜ਼ਾਦ ਹੋਊਗਾ ਜਾਂ ਨਾ, ਉਹ ਕਹਿੰਦੇ ਆਜ਼ਾਦੀ ਤਾਂ ਆਉਣੀ ਆਉਣੀ ਹੈ, ਚਿੰਤਾ ਇਸ ਗੱਲ ਦੀ ਸੀ ਆਜ਼ਾਦੀ ਤੋਂ ਬਾਅਦ ਦੇਸ਼ ਕਿਹੜੇ ਹੱਥਾਂ 'ਚ ਆਊਗਾ, ਔਰ ਬੜੀ ਸਹੀ ਚਿੰਤਾ ਸੀ। ਆਜ਼ਾਦੀ ਤੋਂ ਬਾਅਦ ਕਿਹੜੇ ਹੱਥਾਂ 'ਚ ਗਿਆ, ਅੱਜ ਤੱਕ 70-75 ਸਾਲ ਹੋ ਗਏ, ਕੀ ਕਰ ਲਿਆ, ਉਹ ਰੰਗ ਹੀ ਬਦਲਿਆ ਬਸ, ਤਾਂ ਜਿਹੜੇ ਰੰਗ ਚਲਾਉਂਦੇ ਨੇ ਉਹੀ ਕੁਛ ਦੇਰ ਚਲੀ ਜਾਂਦਾ, ਹਜੇ ਤੱਕ ਸੀਵਰੇਜ ਦੇ ਘਟਨਾ ਨਹੀਂ ਪੂਰੇ ਹੋਏ, ਸਾਨੂੰ ਹਜੇ ਤੱਕ ਟੋਕਿਆਂ ਦੇ ਖੜੇ ਹਾਂ, ਕਿਸੇ ਨੇ ਐਜੂਕੇਸ਼ਨ ਦੀ ਗੱਲ ਨਹੀਂ ਕੀਤੀ, ਇਹਨੂੰ ਪਹਿਲਾਂ ਕੋਈ ਇਲਾਜ ਦੀ ਗੱਲ ਨਹੀਂ ਕੀਤੀ, ਕੋਈ ਅੱਗੇ ਵਧਣ ਦੀ ਗੱਲ ਨਹੀਂ ਕੀਤੀ। ਮੈਂ ਬਹੁਤ ਵਿਚਰਿਆ ਜਦੋਂ ਕਲਾਕਾਰ ਦੇ ਤੌਰ 'ਤੇ ਵੀ, ਮੈਨੂੰ ਕਈ ਜਗ੍ਹਾ 'ਤੇ ਮੰਤਰੀ ਸਾਹਿਬ ਬੈਠੇ, ਤੁਹਾਨੂੰ ਵੀ ਬਹੁਤ ਸਾਰੇ ਲੋਕ ਮਿਲਦੇ ਹੋਣਗੇ ਪਬਲਿਕ ਲਾਈਫ 'ਚ, ਬਜ਼ੁਰਗ ਮਿਲ ਜਾਂਦੇ ਸੀ, ਸਿਸਟਮ ਤੋਂ ਦੁਖੀ ਹੁੰਦੇ ਸੀ, ਉਹ ਕਹਿੰਦੇ ਸੀ ਪੁੱਤ
अज तो 15 साल पहला की गल सुना मैं पुत ये अंग्रेजा का राज ही चलता सी। फिर उस वे मैं शहीद आलम भगत सिंह होर की आत्मा तड़फदी नजर आती सी कि जे उन्हें भी चंगे पाउणा सी अंग्रेजा ने फिर असी 23 साल के हीरे क्यों गुआ गए वो भी 90-90 साल की उम्र भोग के जाते क्योंकि जो चिंता सी आजादी के बाद मुल्क जरा वो कई हथा जाऊगा बड़ा छोटा जा सफर सी पर उस सफर बारे जिन्हिया किताबा लिखी जाओ घट ने शहीद आजम भगत सिंह ने लिखा जिस तरह गल चल रही थी स्टेज पर जनून जरा जो इन्ना रस के तुहाडे च तो अपना मकसद सामने नजर आने लग जाता सो उन्होंने दिल च इनकलाब का जो जनून सी वो इन्ना ज्यादा उन्होंने सुभा भी उन्होंने सुभा का अंग बन गया उन्होंने लिखा कि इस कदर वाकिफ हो गई है मेरी कलम मेरे किरदार से कि मेरी कलम मेरे सुभा इन्ना जानने लग गई मेरी कलम ना लिखते सी इस कदर वाकिफ हो गई है मेरी कलम मेरे किरदार से के इश्क भी लिखता हूं तो इनकलाब लिखा जाता है। वो जज्बा नहीं अंग्रेजा के बड़े बड़े महल ढाहे किले ढाहे जिस वे शहीद आजम लड़ रहे सी लड़ाई बच्चे से 17-18 साल के तो लोग हसते सी अंग्रेजा ने बुझाऊंगे कल जवाक ने अंग्रेजा ने बुझाऊंगे वो कहते हाँ बुझावे देखो जी फिर जज्बे ने कितने तक लेके आती गल कि अज वो बजुर्गों को तो शायद कोई जानना नहीं होना जो मजाकर हो गए पर इतने देख लागे लागे रहेंगे हमेशा लग रहा मैं जो भी कलाकारी के तौर पर भी बहुत सारा मैं सफर तय किया कोई नवी गड्डी लेंदा सी मैं तो शोरूम चो गड्डी सीधी खटखट कला आउंदी सी इत्थे आके घर के सामने गड्डी खड़ा के मैं मत्था टेकदा सी शहीद आजम गोडे करके आ गड्डिया वाले आ कोठिया वाले हो गए जो अस कुर्बानियां ना करते सीधे गुलाम होना से थोड़िया ने रोटियां देना ने जिस वेले ਅਚੇਜੇ ਤੌਰ 'ਤੇ ਨਤਮਸਤਕ ਹੋਣ ਪਹੁੰਚੇ ਨੇ ਸਮਾਤ 'ਤੇ ਅਚੇਜੇ ਤੌਰ 'ਤੇ ਨਤਮਸਤਕ ਬੜੀ ਇੰਤਜ਼ਾਰ ਮਿਊਜ਼ੀਅਮ ਦੀ ਰੈਨੋਵੇਸ਼ਨ ਅਸੀਂ ਇਸੇ ਸਾਲ ਦੇ ਵਿੱਚ ਖਤਮ ਹੋ ਜਾਣੀ ਹੈ ਅਤੇ ਇਸ ਤੋਂ ਬਾਅਦ ਜਿਹੜਾ ਅਸੀਂ ਹੈਰੀਟੇਜ ਸਟਰੀਟ ਬਣਾ ਰਹੇ ਹਾਂ ਇੱਥੋਂ ਮਿਊਜ਼ੀਅਮ ਤੋਂ ਲੈ ਕੇ ਉਹਨਾਂ ਦੇ ਘਰ ਤੱਕ ਜਿਹਦਾ ਤਕਰੀਬਨ 20 ਕਰੋੜ ਦਾ ਖਰਚਾ ਆਉਣਾ ਹੈ
ਤੇ ਉਹ ਵੀ ਜਿਹੜੀ ਅਗਲੇ ਸਾਲ ਤੱਕ ਅਸੀਂ ਸਾਰਾ ਉਹਦਾ ਕੰਮ ਮੁਕੰਮਲ ਕਰ ਦਵਾਂਗੇ। ਪੰਜਾਬੀ ਨੇ ਨੌਜਵਾਨ ਨੂੰ ਨਸ਼ਿਆਂ ਤੋਂ ਰੋਕਣ ਲਈ ਸਰਕਾਰ ਦੇ ਕੋਈ ਖਾਸ ਉਪਰਾਲਾ ਕੋਈ ਜਿਹੜਾ ਕਿ ਜਿਵੇਂ ਪਹਿਲਾਂ ਵੀ ਚੱਲ ਰਿਹਾ ਹੈ? ਹਾਂਜੀ ਬਿਲਕੁਲ, ਸਰਕਾਰ ਉਪਰਾਲੇ ਕਰ ਰਹੀ ਹੈ, ਪਿੰਡ ਪਿੰਡ ਜਾ ਕੇ ਜਿਹੜੀ ਇਸ ਚੀਜ਼ ਨੂੰ ਲਗਾਮ ਲਾਈ ਜਾ ਰਹੀ ਹੈ। ਜਿਹੜੇ ਲੋਕ ਇਹਨਾਂ ਨੂੰ ਤਸ਼ਕਰੀ ਕਰ ਰਹੇ, ਅਸੀਂ ਨਿੱਜੀ ਤੌਰ ਉੱਤੇ ਇਸ ਚੀਜ਼ ਉੱਪਰ ਲੱਗੇ ਹੋਏ ਹਾਂ। ਅਤੇ ਦੇਖੋ, ਇਹ ਕੁਰਬਾਨੀਆਂ ਵਾਲੀ ਸੂਰਬੀਰਾਂ ਦੀ ਧਰਤੀ ਹੈ, ਇੱਥੇ ਨੌਜਵਾਨਾਂ ਨੂੰ ਆਪ ਹੰਬਲਾ ਮਾਰਨਾ ਪੈਣਾ ਕਿ ਇਹ ਨਸ਼ੇ ਵਰਗੇ ਕੋਹੜ ਤੋਂ, ਹੀਰੇ ਵਰਗੇ ਸਰੀਰਾਂ ਨੂੰ, ਜਿਹੜੇ ਪੰਜਾਬ ਦੇ ਗੱਭਰੂ ਦੁਨੀਆ ਭਰ 'ਚ ਮਸ਼ਹੂਰ ਨੇ, ਅਸੀਂ ਇਸ ਕੋਹੜ ਤੋਂ ਦੂਰ ਰਹੀਏ ਅਤੇ ਆਪਣੇ ਆਪ ਨੂੰ ਇਹ ਜਿਹੜਾ ਨਸ਼ੇ ਨੂੰ ਰੋਕਣ ਵਾਲਾ ਸਰਕਾਰ ਅਤੇ ਪਬਲਿਕ ਦੋਵਾਂ ਦੀ ਜਿਹੜੀ ਆਪਸ 'ਚ ਇੱਕ ਪਾਰਟੀਸਪੇਸ਼ਨ ਉਹ ਬਹੁਤ ਜ਼ਰੂਰੀ ਹੈ। ਜਦੋਂ ਲੋਕ ਪੂਰਾ ਸਹਿਯੋਗ ਕਰਨਗੇ, ਸਾਨੂੰ ਦੱਸੋ ਕਿੱਥੇ ਕਿਹੜਾ ਬੰਦਾ, ਅਤੇ ਉਸ 'ਤੇ ਸਰਕਾਰ ਆ ਜਿਹੜੀ ਲਗਾਤਾਰ ਅਸੀਂ ਐਕਸ਼ਨ ਲੈ ਰਹੇ। ਲੋਕ ਵੀ ਡਰਦੇ ਆ ਜੀ ਕਿਤੇ ਨਾ ਕਿਤੇ, ਜਦੋਂ ਸਰਕਾਰ ਦੇ ਨਾਲ ਜਾਂ ਮੁਲਾਜ਼ਮਾਂ ਦੇ ਨਾਲ ਜਾਣਕਾਰੀ ਸਾਂਝੀ ਕਰਦੇ ਆ, ਪਰ ਪਬਲਿਕ ਡਰਦੀ ਹੈ, ਐਸਾ ਕਿਉਂ ਹੈ? ਦੇਖੋ, ਇਹ ਡਰ ਦਾ ਮਾਹੌਲ ਪਹਿਲਾਂ ਤੋਂ ਬਣਿਆ ਹੋਇਆ, ਕਿਉਂਕਿ ਪਿਛਲੀਆਂ ਸਰਕਾਰਾਂ ਕਿਤੇ ਨਾ ਕਿਤੇ ਸਾਥ ਦਿੰਦੀਆਂ ਰਹੀਆਂ ਨੇ, ਬੇਗੈਰਤ ਸੀਗੀਆਂ। ਅਤੇ ਪਰ ਅਸੀਂ ਮੇਰੇ ਹਲਕੇ ਖਰੜ ਦੀ ਗੱਲ ਕਰ ਲੈਂਦੇ ਜੀ, ਅਸੀਂ ਪਿੰਡਾਂ ਦੇ ਵਰਕਰਾਂ ਤੋਂ, ਸਾਡੇ ਪਿੰਡ ਪਿੰਡ ਤੋਂ ਜਿਹੜੇ ਨਾਮ ਲੈ ਰਹੇ ਹਾਂ, ਅਤੇ ਸਰਕਾਰ ਜਿਹੜੀ ਸਾਡੀ ਪੁਲਿਸ ਹੈ ਖਰੜ ਦੀ, ਇਹ ਛਾਪੇ ਵੀ ਮਾਰ ਰਹੀ ਹੈ। ਛਾਪੇ ਤਾਂ ਇਹਨਾਂ ਪਿੰਡਾਂ 'ਚ ਬਹੁਤ ਵੱਜਦੇ ਜਿਹੜੇ ਨਸ਼ਾ ਤਸਕਰਾਂ ਦੇ ਵਿੱਚ ਮਸ਼ਹੂਰ ਪਿੰਡ ਹੈ, ਲੇਕਿਨ ਅਜੇ ਵੀ ਉਹ ਚੀਜ਼, ਉਹ ਗੱਲ ਸਾਹਮਣੇ ਨਹੀਂ ਆ ਰਹੀ। ਜਦੋਂ ਸਰਕਾਰ ਨੇ ਤੇ ਹੋਰ ਸਮੇਂ ਵੱਡਾ ਵਾਅਦਾ ਕੀਤਾ ਸੀ, ਹੋਰ ਇਹ ਤੇ ਜ਼ੋਰ, ਹੋਰ ਜ਼ੋਰ ਸਰਕਾਰ ਇਹਨੂੰ ਅਗਰੈਸਿਵਲੀ, ਸੀਐਮ ਸਾਹਿਬ ਨੇ ਜਿਹੜੇ ਨਵੇਂ ਇਹਦੇ ਲਈ, ਦੇਖੋ ਸਰਕਾਰ ਬਣਾਈ ਅਤੇ ਉਹਦੇ ਲਈ ਅਗਰੈਸਿਵਲੀ ਕੰਮ ਕੀਤਾ, ਫਿਰ ਉਹਨੂੰ ਜੇ ਕੋਈ ਚੀਜ਼ ਉਹਨਾਂ ਇਫੈਕਟਿਵਲੀ ਕੰਮ ਨਾ ਕਰ ਰਹੀ ਹੋਵੇ ਤਾਂ ਉਹਦੇ 'ਚ ਬਦਲਾਅ ਲਿਆਉਣਾ ਅਤੇ ਉਹਨੂੰ ਹੋਰ ਅਗਰੈਸਿਵਲੀ ਕਰਨਾ ਜ਼ਰੂਰੀ ਹੁੰਦਾ। ਸੋ ਸਰਕਾਰ ਜਿਹੜੀ ਇੱਕ ਅਗਰੈਸਿਵਲੀ ਕੈਂਪੇਨ ਇਹਦੇ ਲਈ ਤਿਆਰ ਲਗਭਗ ਹੋ ਗਈ ਹੈ, ਅਤੇ ਉਹਨੂੰ ਹੁਣ ਇਹਨੂੰ ਜ਼ਰੂਰ ਇਹਦੇ 'ਤੇ ਸੀਐਮ ਸਾਹਿਬ ਪਰਸਨਲੀ ਸਲਾਮ ਕੀਤਾ, ਜਿਨ੍ਹਾਂ ਨੇ 23 ਸਾਲ ਦੀ ਉਮਰ ਦੇ ਵਿੱਚ ਆਪਣੀ ਦੇਸ਼ ਦੀ ਖਾਤਰ ਔਰ ਦੇਸ਼ ਦੇ ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ ਮਾਣ ਸਨਮਾਨ ਦਿਵਾਉਣ ਦੇ ਲਈ ਆਪਣੀ ਸ਼ਹਾਦਤ ਦਿੱਤੀ ਔਰ ਸਾਡੇ ਲਈ ਹਮੇਸ਼ਾ ਪ੍ਰੇਰਨਾ ਸਰੋਤ ਨੇ, ਅੱਜ ਅਸੀਂ ਪ੍ਰਣਾਮ ਕੀਤਾ ਔਰ ਆਪਣਾ ਜਿਹੜਾ ਨਿਸ਼ਚਾ ਜਿਹੜਾ ਸੀਗਾ ਉਹ ਫਿਰ ਦੁਹਰਾਇਆ ਕਿ ਆਪਾਂ ਸ਼ਹੀਦਾਂ ਦੀ ਸੋਚ ਦੇ ਉੱਤੇ ਪਹਿਰਾ ਦੇ ਕੇ ਕਿ ਹਰੇਕ ਨੌਜਵਾਨ ਨੂੰ ਰੁਜ਼ਗਾਰ ਮਿਲੇ, ਬਜ਼ੁਰਗਾਂ ਨੂੰ ਸਤਿਕਾਰ ਮਿਲੇ ਔਰ ਧੀਆਂ ਭੈਣਾਂ ਨੂੰ ਪਿਆਰ ਮਿਲੇ ਸਾਰਿਆਂ ਨੂੰ। ਆਪਾਂ ਉਹ ਅਜੇ ਨਤਮਸਤਕ ਹੋਏ ਹਾਂ ਔਰ ਉਹਨਾਂ ਦੇ ਜਿਹੜੇ ਪੂਰਨੇ ਆ ਉਹਨਾਂ ਚੱਲਣ ਦੀ ਪੂਰੀ ਕੋਸ਼ਿਸ਼। ਜਿਹੜਾ 3 ਦਿਨ ਦਾ ਵਿਰਾਸਤੀ ਮੇਲਾ, ਕੀ ਸੁਣਿਆ ਕੀ ਪੰਜਾਬ ਸਰਕਾਰ ਵੱਲੋਂ? ਜਿਹੜਾ ਬੜਾ ਚੰਗਾ ਉਪਰਾਲਾ ਹੈ ਮਾਣਯੋਗ ਮੁੱਖ ਮੰਤਰੀ ਸਾਹਿਬ ਵੱਲੋਂ, ਭਗਵੰਤ ਮਾਨ ਜੀ ਵੱਲੋਂ, ਅਤੇ ਉਹ ਵੀ ਹੁਣ ਨਤਮਸਤਕ ਹੋਣ ਆ ਰਹੇ ਨੇ ਔਰ 3 ਦਿਨ ਦਾ ਜਿਹੜਾ ਆ ਇਹ ਸਾਡੇ ਇਲਾਕੇ ਦੇ ਵਿੱਚ ਜਿੱਥੇ ਪੂਰਾ ਮਨਾਇਆ ਜਾ ਰਿਹਾ ਉੱਥੇ ਪੂਰੇ ਪੰਜਾਬ ਦੇ ਵਿੱਚੋਂ ਮੈਂ ਦੇਖ ਰਿਹਾ ਕਿ ਜਿਹੜੀ ਆ ਸੰਗਤ ਆ ਰਹੀ ਉਹ ਪੂਰੇ ਦੇਸ਼ ਦੇ ਵਿੱਚੋਂ, ਵਿਦੇਸ਼ਾਂ ਤੋਂ ਵੀ ਲੋਕ ਜਿਹੜੇ ਆ ਸਜਦਾ ਕਰਨ ਆ ਰਹੇ ਨੇ ਔਰ ਇਹ ਹਮੇਸ਼ਾ ਸਾਡੇ ਨੌਜਵਾਨਾਂ ਲਈ ਪ੍ਰੇਰਣਾਦਾਇਕ ਰਹੇਗਾ। ਸ਼ਹੀਦ ਦੇ ਆਜੋ ਸ਼ਹੀਦ ਭਗਤ ਸਿੰਘ, ਉਹਨਾਂ ਨੂੰ ਉਹਨਾਂ ਦੇ ਜਨਮ ਦਿਹਾੜੇ 'ਤੇ ਅਤੇ ਉਹਨਾਂ ਦੇ ਸ਼ਹੀਦੀ ਦਿਹਾੜੀ 'ਤੇ DYFA ਵੱਲੋਂ ਸਜਦਾ ਕਰਨ ਆਉਂਦੇ ਹਾਂ। ਅੱਜ ਵੀ ਅਸੀਂ ਉਸੇ ਕੜੀ ਦੇ ਤਹਿਤ ਖਟਕੜ ਕਲਾਂ ਵਿਖੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ DYFI ਦੀ ਟੀਮ ਸਜਦਾ ਕਰਨ ਲਈ ਆ ਰਹੀ ਸੀਗੀ, ਪਰ ਦੁੱਖ ਵਾਲੀ ਗੱਲ ਹੈ ਇਹ ਜਿਹੜੀ ਸਰਕਾਰ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਹੈ, ਸਾਡੇ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਨੇ ਇੱਥੋਂ ਮਿੱਟੀ ਲੈ ਕੇ ਇੱਥੋਂ ਜਿਹੜਾ ਸਹੁੰ ਚੱਕ ਕੇ ਆਪਣਾ ਅਹੁਦਾ ਜਿਹੜਾ ਦੂਜਾ ਕੀਤਾ ਸੀਗਾ, ਪਰ ਅੱਜ ਉਹ ਸਰਕਾਰ ਉਹ ਮੁੱਖ ਮੰਤਰੀ ਦੇ ਆਮਨ 'ਤੇ ਆਮ ਲੋਕਾਂ ਨੂੰ ਭਗਤ ਸਿੰਘ ਉਹਨਾਂ ਦੇ ਬੁੱਤ 'ਤੇ ਸਜਦਾ ਕਰਨ ਲਈ ਨਹੀਂ ਆਉਣ ਦਿੱਤਾ ਜਾ ਰਿਹਾ। ਆਮ ਲੋਕਾਂ ਨੂੰ ਗੜਸ਼ੰਕਰ ਰੋਡ ਤੋਂ ਇੱਧਰ ਬੰਗਿਆਂ ਵਾਲੇ ਚੌਂਕ ਤੋਂ ਬਹੁਤ ਬੜੀ ਸਮੱਸਿਆ ਆ ਰਹੀ ਹੈ, ਲੋਕਾਂ ਨੂੰ ਸਿਰਫ ਉਹਨਾਂ ਨੂੰ ਜਾਣ ਦਿੱਤਾ ਜਾ ਰਿਹਾ ਜਿਹੜੇ ਆਪ ਦੀ ਰੈਲੀ ਦੇ ਵਿੱਚ ਜਾਂਦੇ ਹੈ। ਜਿਹੜੇ ਲੋਕ ਕੋਈ ਹੋਰ ਵੀ ਸਜਦਾ ਕਰਨ ਆਉਂਦੇ ਹੈ ਉਹਨਾਂ ਨੂੰ ਵੀ ਜਿਹੜਾ ਆਪ ਦਾ ਪੰਡਾਲ ਲੱਗਿਆ ਹੈ ਉਸ ਪੰਡਾਲ ਵਾਲੇ ਪਾਸੇ ਨੂੰ ਤੋਰਿਆ ਜਾ ਰਿਹਾ। ਜਦੋਂ ਲੋਕ ਇਹ ਕਹਿੰਦੇ ਵੀ ਅਸੀਂ ਉੱਧਰ ਨੂੰ ਜਾਣਾ ਤਾਂ ਪੁਲਿਸ ਪ੍ਰਸ਼ਾਸਨ ਪ੍ਰੋਟੋਕੋਲ ਦਾ ਜਿਹੜੀ ਦੁਹਾਈ ਦੇ ਕੇ ਆਪਣੇ ਜਿਹੜੇ ਪੁਲਿਸ ਮੁਲਾਜ਼ਮ ਹੈ ਉਹ ਵੱਡੇ ਮੁਲਾਜ਼ਮਾਂ ਦਾ ਡਰ ਦੇ ਕੇ ਬਾਈ ਸਾਡੀ ਡਿਊਟੀ ਦਾ ਸਵਾਲ ਹੈ ਅਤੇ ਲੋਕਾਂ ਨੂੰ ਜਿਹੜਾ ਸ਼ਹੀਦ ਆਜੋ ਸ਼ਹੀਦ ਭਗਤ ਸਿੰਘ ਦੇ ਬੁੱਤ 'ਤੇ ਸਜਦਾ ਕਰਨ ਤੋਂ ਰੋਕਾ ਜਾ ਰਿਹਾ। ਮੈਂ ਇਹ ਮਹਿਸੂਸ ਕਰਦਾ ਇਹ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆਪਣੇ ਆਪ ਨੂੰ ਆਮ ਆਦਮੀ ਕਹਿੰਦੀ ਸੀਗੀ ਇਹ ਆਮ ਆਦਮੀ ਆਮ ਲੋਕਾਂ ਦੀ ਸਰਕਾਰ ਨਹੀਂ ਹੈ, ਇਹ ਉਹਨਾਂ ਸਰਮਾਏਦਾਰਾਂ ਦੀ ਸਰਕਾਰ ਹੈ, ਉਹਨਾਂ ਸਰਮਾਏਦਾਰਾਂ ਦਾ ਪੱਖ ਪੂਰਦੀ ਹੈ ਜਿਹੜੇ ਸਰਮਾਏਦਾਰ ਲੋਕ ਅੰਗਰੇਜ਼ਾਂ ਦੇ ਪਿੱਠੂ ਬਣ ਕੇ ਭਾਰਤ ਨੂੰ ਜਿਹੜਾ ਆਜ਼ਾਦ ਹੋਣ ਤੋਂ ਰੋਕਦੇ ਸੀਗੇ। ਮੈਂ ਇਹ ਮਹਿਸੂਸ ਕਰਦਾ ਕਿ DYFI ਵੱਲੋਂ ਕਿ ਜਿਹੜੀ ਆਪ ਦੇ ਖਾਸ ਕਰ ਮੁੱਖ ਮੰਤਰੀ ਦੇ ਆਉਣ ਦੇ ਅਗਰ ਇਹਨਾਂ ਨੇ ਉੱਦਾਂ ਕਰਨਾ ਤਾਂ ਮੈਂ ਇਹ ਮਹਿਸੂਸ ਕਰਦਾ ਇਹ ਭਗਤ ਸਿੰਘ ਦੇ ਵਾਰਸ ਨਹੀਂ, ਸਿਰਫ ਪੱਗ ਬੰਨ ਕੇ ਜਾਂ ਉਹਨਾਂ ਨੂੰ ਨਮਸਕਾਰ ਕਰਕੇ ਜਿਹੜਾ ਵਾਰਸ ਨਹੀਂ ਬਣਿਆ ਜਾ ਸਕਦਾ। ਅਗਰ ਇਹ ਸਰਕਾਰ ਭਗਤ ਸਿੰਘ ਦੇ ਵਾਰਸ ਬਣਨਾ ਚਾਹੁੰਦੀ ਹੈ ਉਹਨਾਂ ਦੇ ਵਿਚਾਰਾਂ ਨੂੰ ਅਪਣਾਉਣਾ ਚਾਹੀਦਾ ਹੈ,
सब तो पहला मुख्यमंत्री ते आम लोगों को बराबरता दे विच जा लेना चाहिए। ये इत्थे हो नहीं रहा, मैं महसूस करदा ये सरकार कदे भी आम लोगों की हो नहीं सकती। सिर्फ आम लोगों का जिहड़ा है मखौटा पा के शहीद आजम शहीद भगत सिंह दे जिहड़ा दूजे ते सौ खा के उन्हां तो मुकर रही है, उन्हां ते भगत जिहड़ा है 116वें जन्म दिहाड़े ते आम लोगों को शहीद आजम शहीद भगत सिंह दे बोते सीधा करन लई रोकिया जा रहा है। मैं कहना ये तो माड़ी सरकार लोगों लई हो नहीं सकती। अंत दे विच फिर मैं जिहड़ा शहीद आजम शहीद भगत सिंह दे 116वें जन्म दिहाड़े ते आम लोगों को इनकलाबी बधाइया दिता होया सरकार ये बेनती करदा कि सरकार अपना जिहड़ा खाखा है जां जिहड़ा अपना दूजा बदल लेना चाहिए है। नहीं तो लोग जिहड़े है वह इकट्ठे होकर संघर्ष करेंगे, लोग कदे भी थोड़े दूजे का नहीं करेंगे। भगत सिंह लोगों का है, भगत सिंह मजदूर जमात का है, भगत सिंह गरीब का है, भगत सिंह कल्ला मुख्यमंत्री का नहीं है, भगत सिंह कल्ला आप सरकार का नहीं है। मैं आप सरकार को भी बेनती करदा कि वो बाकी सरमाएदारों को छड़ के लोगों जिहड़ा है आम तौर पर जिहड़ा है वो बिना किसी रुकावट तो शहीद आजम शहीद भगत सिंह के बुत ते सजदा करना इन्ना कुछ कहता हुआ। इनकलाब जिंदाबाद, इनकलाब जिंदाबाद, DYFI जिंदाबाद। हर बारी सानू झूठा लारा लाया जाता वा, दिवाली का तोहफा दे के भी ये अपने सिक्ख्या मंत्री मुकर गए ने ऑफिशियल पेज ते पा के सारे मीडिया दे विच बोल के फिर अपने वादे तो मुकर गए ने, जबकि साडे ऑर्डरां दे विच लिखिया होया वा असी अपने हक मंग रहे ना कि इन्हां तों भीख मंग रहे। हक जो सानू 18 साल पहला सरकार ने लिखती तौर ते दित्ते सी साडे ऑर्डरां दे विच जां ते राजपाल दी प्रसन्नता दे नाल साडे ऑर्डरां दे विच लिखिया गया सी। जे साडे ऑर्डरां विच ना लिखिया हुंदा फिर असी इन्हां तों भीख मंगणी सी, हुण असी अपने हक मंगण आए आ। बिल्कुल, ते सरकार दा फर्ज बनदा वा कि ओहदे प्रजा दे विच जिहड़े हक मंगदे आ उहनां दी आ के गल सुणे, ना कि उहनां नूं झूठा लारा ला के उहनां नूं खज्जल खराब करे जो कि इह सरकार करदी पई आ। ओह लारे आ जी, कोई पक्के नहीं होए जे, इह सरकार झूठियां तों वी भैड़े ने, इह झूठी सरकार आ, कच्चियां तों वी भैड़े झूठी सरकार आ सर, बिल्कुल झूठी। पक्कियां दे विच जी उहनूं कुछ नहीं मिलिया, उन्हां नूं सिर्फ नां दे पक्के, सिर्फ तनखा वधाई गई गई, पुक्का पुक्का हो चुकियां आपणी, पुक्का पुक्का ही उन्हां नूं मिलिया वा। ओह जिहड़े पक्के आ कच्चियां तों वी भैड़े, ना इधर जोगे ना उधर जोगे। ਅੱਜਕੱਲ ਕੀ ਜਾਇਜ਼ ਮੰਗਾ ਕੀ ਹਨ ਜਿਹੜੀ ਇੱਥੇ ਜਾਇਜ਼ ਮੰਗਾ ਇਹ ਆ ਸਾਨੂੰ ਜੋ ਸਾਡੇ ਆਰਡਰਾਂ ਦੇ ਲਿਖਿਆ, ਸਾਡੇ ਆਰਡਰਾਂ ਦੇ ਵਿੱਚ ਲਿਖਿਆ ਉਹ ਸਾਡੇ ਤੇ ਲਾਗੂ ਕੀਤਾ ਜਾਵੇ, ਤੇ ਸਾਨੂੰ 16 ਸਾਲ ਪੁਰਾਣੇ ਜਿਹੜੇ ਸਾਡੇ ਹੱਕ ਆ ਸਾਨੂੰ ਸਿੱਖਿਆ ਵਿਭਾਗ ਦੇ ਵਿੱਚ ਮਰਜ ਕੀਤਾ ਜਾਵੇ ਬਿਨਾਂ ਕਿਸੇ ਸ਼ਰਤ ਤੋਂ, ਕਿਉਂਕਿ ਅਸੀਂ 2011 ਤੋਂ ਰੈਗੂਲਰ ਹੈਗੇ ਆ, 14 ਸਾਲ ਹੋ ਗਏ ਆਪਣੇ ਹੱਕਾਂ ਦੇ ਲਈ ਵੱਖ ਵੱਖ ਸਰਕਾਰਾਂ ਦੇ ਅੱਗੇ ਸਾਨੂੰ ਰੈਲੀਆਂ ਕਰਨੀਆਂ ਪੈ ਰਹੀਆਂ, ਆਪਣੇ ਹੱਕਾਂ ਦੇ ਲਈ ਲੜਨਾ ਪੈ ਰਿਹਾ ਵਾ। ਪਰ ਕੰਪਿਊਟਰ ਟੀਚਰ ਦਵਾ ਰਿਹਾ, ਬਿਲਕੁਲ ਸਕੂਲਾਂ ਦੇ ਵਿੱਚ ਅੱਜ ਜੋ ਪੋਜੀਸ਼ਨ ਹੈ ਨਾ ਪੰਜਾਬ ਨੂੰ ਨੰਬਰ 1 ਸੂਬਾ ਬਣਾਉਣ ਦਾ ਜੋ ਸਿੱਖਿਆ ਮੰਤਰੀ ਦਾਵਾ ਕਰਦੇ ਨੇ ਉਹ ਇਹਨਾਂ ਕੰਪਿਊਟਰ ਅਧਿਆਪਕਾਂ ਦੀ ਬਦੌਲਤ ਜੋ ਅੱਜ ਸੜਕਾਂ। ਮੈਂ ਪਰਮਿੰਦਰ ਸਿੰਘ ਕੰਪਿਊਟਰ ਅਧਿਆਪਕ ਅੰਮ੍ਰਿਤਸਰ ਤੋਂ ਜੀ। ਅਸੀਂ 2005 ਦੇ ਵਿੱਚ ਸਾਨੂੰ ਕੈਪਟਨ ਸਰਕਾਰ ਨੇ ਭਰਤੀ ਕੀਤਾ ਸੀ, ਉਸ ਤੋਂ ਬਾਅਦ 2010 ਦੇ ਵਿੱਚ ਸਾਡੀ ਬਦਲ ਸਾਹਿਬ ਨਾਲ ਮੀਟਿੰਗ ਹੋਈ, 11 ਦੇ ਵਿੱਚ ਅਸੀਂ 1 ਜੁਲਾਈ 2011 ਨੂੰ ਅਸੀਂ ਪੱਕੇ ਹੋਏ। ਸਾਡੇ ਆਰਡਰਾਂ ਦੇ ਵਿੱਚ ਪੇ ਕਮਿਸ਼ਨ CSR A to Z ਸਾਰਾ ਕੁਝ ਲਿਖਿਆ ਗਿਆ ਸੀ। ਉਸ ਤੋਂ ਬਾਅਦ ਸਮੇਂ ਦੀਆਂ ਸਰਕਾਰਾਂ ਨੇ ਸਾਨੂੰ ਨਿਹਰੇ ਝੂਠੇ ਲਾਰੇ ਲਾ ਕੇ ਸਾਡੇ ਕੋਲ ਵਾਰੀ ਵਾਰੀ ਉਹ ਚੀਜ਼ਾਂ ਖੋਹਦੀਆਂ ਰਹੀਆਂ। ਪਹਿਲਾਂ ACP ਸਾਡੇ ਕੋਲ ਖੋਇਆ ਗਿਆ, ਉਸ ਤੋਂ ਬਾਅਦ IR ਖੋਇਆ ਗਿਆ, ਹੁਣ ਪੇ ਕਮਿਸ਼ਨ ਨਹੀਂ ਦਿੰਦੇ। ਇੱਕੋ ਗੱਲ ਕਹਿੰਦੇ ਆ ਕਿ ਵਿਚਾਰ ਅਧੀਨ ਕਰਾਂਗੇ। ਇਹ ਪਿਛਲੇ ਹਫ਼ਤੇ ਸਿੱਖਿਆ ਮੰਤਰੀ ਸਾਹਿਬ ਨਾਲ ਸਾਡੀ ਮੀਟਿੰਗ ਹੋਈ, ਉਹਨਾਂ ਨੂੰ ਅਸੀਂ ਆਰਡਰ ਆਪਣੇ ਵਿਖਾਏ ਗਿਆ ਕਿ ਸਾਡੇ ਆਰਡਰ ਵੇਖ ਲਓ ਇਹਦੇ ਵਿੱਚ ਪੇ ਕਮਿਸ਼ਨ CSR ਲਿਖਿਆ ਕਿ ਨਹੀਂ ਲਿਖਿਆ। ਉਹਨਾਂ ਨੇ ਆਪਣੇ ਮੂੰਹ ਕਿਹਾ ਕਿ ਤੁਹਾਡੇ ਦੇ ਵਿੱਚ CSR ਇੰਪਲੀਮੈਂਟ ਆ, CSR ਲਿਖਿਆ ਗਿਆ ਵਾ। ਤੇ ਜਦੋਂ CSR ਲਿਖਿਆ ਗਿਆ ਵਾ ਤੇ ਨਾਲ ਉਹਨਾਂ ਨੂੰ ਨੋਟਿੰਗ ਵਿਖਾਈ ਗਈ ਕਿ ਜਿਹੜਾ ਕੈਬਨਿਟ ਦੇ ਵਿੱਚ ਸਾਡਾ ਪਾਸ ਹੋਇਆ ਵਾ ਸਮੇਂ ਦੀਆਂ ਸਰਕਾਰਾਂ ਨੇ ਉਹਨੂੰ ਪਾਸ ਕੀਤਾ ਗਿਆ ਵਾ, ਤੇ ਆਪਣੇ ਮੂੰਹ ਅਜੋਤ ਬੈਂਸ ਸਾਹਿਬ ਨੇ ਆਪਣੇ ਮੱਥੇ ਨਾਲ ਹੱਥ ਮਾਰਿਆ ਕਿ ਵਾਕਈ ਤੁਹਾਡੇ ਨਾਲ ਧੱਕਾ ਹੋਣ ਡਿਆ ਵਾ। ਤੇ ਜੇ ਸਾਥੀਓ ਧੱਕਾ ਹੋਣ ਡਿਆ, ਤੁਸੀਂ ਮੰਨਦੇ ਹੋ ਧੱਕਾ ਹੋਣ ਡਿਆ ਵਾ, ਤੇ ਫਿਰ ਧੱਕਿਆਂ ਨੂੰ ਦੂਰ ਕਿੰਨੇ ਕਰਨਾ ਵਾ? ਇੱਕ ਸਾਲ ਪਹਿਲਾਂ 15 ਸਤੰਬਰ ਨੂੰ ਇਹਨਾਂ ਨੇ ਕਿਹਾ ਵੀ ਦੀਵਾਲੀ ਦੇ ਉੱਤੇ ਇਹਨਾਂ ਨੂੰ ਗਿਫਟ ਦਿੱਤਾ ਜਾਊਗਾ, ਉਹ ਅਗਲੀ ਦੀਵਾਲੀ ਆਉਣ ਵਾਲੀ ਆ, ਕੋਈ ਗਿਫਟ ਨਹੀਂ ਦਿੱਤਾ ਜਾਂਦਾ, ਲਾਰਾ ਲਾ ਲੈਂਦੇ ਨੇ, ਉਸ ਤੋਂ ਬਾਅਦ ਮੁੜ ਕੇ ਵੇਖ ਲੈਂਦੇ। ਸੋ ਅਸੀਂ ਬੇਨਤੀ ਕਰਦੇ ਹਾਂ ਕਿ ਸਾਡਾ ਜਿਹੜਾ ਵਾ ਪੱਤਰ ਆ ਉਹ ਲਾਗੂ ਕੀਤਾ ਜਾਵੇ। ਜੇ ਉਹ ਸਾਡਾ ਪੱਤਰ ਠੀਕ ਆ, ਅਸੀਂ ਇੱਕ ਚੀਜ਼ ਕਲੀਅਰ ਕਰਦੇ ਹਾਂ ਕਿ ਮੰਨ ਲਓ ਸਾਡਾ ਉਹ ਪੱਤਰ ਠੀਕ ਆ ਤੇ ਲਾਗੂ ਕਰ ਦਿਓ, ਅਗਰ ਉਹ ਗਲਤ ਆ ਤੇ 11 ਸਾਲਾਂ ਤੋਂ ਅਸੀਂ ਧੱਕੇ ਖਾਣ ਡਿਆ, ਉਹਨਾਂ ਦੇ ਖਿਲਾਫ ਪਰਚਾ ਦਰਜ ਕਰੋ, ਬੰਦੇ ਅੰਦਰ ਕਰ ਦਿਓ, ਕਹਾਣੀ ਖਤਮ ਕਰ ਦਿਓ। ਸਰ ਸੀਨੀਅਰ ਮੋਸਟ ਅਗਰ ਸਹੀ ਆ, ਸੀਨੀਅਰ ਮੋਸਟ ਪਰਸਨ ਖੜੇ, ਇਹਨਾਂ ਨੇ ਸਾਨੂੰ ਮੀਟਿੰਗ ਦਵਾਉਣੀ ਆ, ਉਹਨਾਂ ਇੱਕ ਇਨਸਾਨ ਨੇ ਵੀ ਸਾਡੇ ਨਾਲ ਮੀਟਿੰਗ ਨਹੀਂ ਕਰਨੀ, ਉਹਨਾਂ ਨੇ ਮੀਟਿੰਗ ਤੋਂ ਭੱਜਣਾ। ਲਾਸਟ ਸਾਡੀਆਂ 40 ਮੀਟਿੰਗ ਸਾਡੇ ਇੱਥੇ ਆਏ, ਕੋਈ ਨਜਾਇਜ਼ ਮੰਗਣੀ ਸਾਡੇ ਰਾਜਪਾਲ ਵੱਲੋਂ ਆਰਡਰ ਆ, ਸਭ ਰਾਜਪਾਲ ਸਭ ਤੋਂ ਉੱਪਰ ਹੁੰਦਾ ਹੈ ਨਾ, ਉਹਦੇ ਆਰਡਰ ਨੂੰ ਡਿਨਾਈ ਕਰ ਰਹੀ ਸਰਕਾਰ, ਹੁਣ ਇਹ ਤੋਂ ਬਾਅਦ ਕੀ ਕਰੀਏ? ਹੈਲੋ ਸਰ, ਸਾਡੇ 107 ਨੂੰ ਕੰਪਿਊਟਰ ਫੈਕਲਟੀ ਐਦਾਂ ਕਰੋਨਾ ਦੇ ਦੌਰਾਨ ਸ਼ਹੀਦ ਹੋ ਗਏ, ਡਿਊਟੀ ਕਰਦੇ ਕਰਦੇ ਉਹਨਾਂ ਦੇ ਪਰਿਵਾਰ ਰੁੱਲੇ ਆ,
ਉਹਨਾਂ ਨੂੰ ਕੋਈ ਬੈਨੀਫਿਟ ਨਹੀਂ ਮਿਲਿਆ, ਕੋਈ ਐਕਸਗ੍ਰੇਸ਼ੀਆ ਨਹੀਂ ਮਿਲੀ। ਇਹ ਸਾਡਾ ਸਾਰਾ ਧੱਕਾ ਵਾ ਸਰ, ਕੋਈ ਕੋਈ ਨਜਾਇਜ਼ ਕੰਮ ਕਰਾਉਂਦਾ ਉਹ ਸਾਡਾ ਨਜਾਇਜ਼ ਕੰਮ ਆ, ਨਜਾਇਜ਼ ਕੰਮ ਨੂੰ ਸਾਡਾ ਨਜਾਇਜ਼ ਕੰਮ ਬਣਾਇਆ ਜਾ ਰਿਹਾ ਜੀ। ਬੀਸੀਐਮਸੀਓ ਬੀਟੈਕ ਨਾਲ ਸਾਡੇ ਖੜੇ ਹੋਏ ਆ ਜੀ। ਦੇਖੋ ਆਪਾਂ ਨਾ ਰਿਜ਼ੋਲਵ ਕਰਨ ਪਾਸੇ ਆ ਰਹੇ, ਆਪਾਂ ਤੁਹਾਡੇ ਲਈ ਨਾ ਗਲਾਸ ਨੂੰ ਪੌਣਾ ਭਰਿਆ ਹੋਇਆ, ਤੁਸੀਂ ਉਹਨੂੰ ਗਲਾਸ ਤੋੜਨ ਦੀ ਕੋਸ਼ਿਸ਼। ਨਹੀਂ ਸਰ, ਨੋ 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 ਸਰ, ਅਸੀਂ ਸਰ ਦੱਸ ਰਹੇ ਸਾਡੇ ਜਿਹੜੇ ਆਰਡਰ ਹੈ ਨਾ ਸਰ, ਰਾਜਪਾਲ ਵੱਲੋਂ 2011 ਵਿੱਚ ਹੋਏ ਪਏ ਆ, ਉਹਨੂੰ ਹੀ ਨਹੀਂ ਲਾਗੂ ਕਰ ਰਹੀ, ਨਵਾਂ ਕੋਈ ਸਰਕਾਰ ਕੋਈ ਨਹੀਂ ਮੰਗ ਰਹੀ। ਕੱਲ੍ਹ ਤੁਹਾਡੇ ਇੱਥੋਂ ਦੇ ਜਿੰਨੇ ਨੁਮਾਇੰਦੇ ਮੈਂ ਉਹਨਾਂ ਨੂੰ ਸੱਦਿਆ ਜੀ ਸਰ, ਮੈਂ ਕਿਹਾ ਇਹਦੇ ਵਿੱਚ ਯੂ ਆਰ ਟੀਚਰਸ ਜੀ ਜੀ ਸਰ, ਯੂ ਆਰ ਨੋਟ ਪੀਟੀ ਟੀਚਰਸ, ਯੂ ਆਰ ਤਾਂ ਇਹੋ ਜਿਹੀ ਲੜਾਈ ਲੋਜੀਕਲ ਤਰੀਕੇ ਨਾਲ ਹੁੰਦੀ ਹੈ। ਮਤਲਬ ਇਫ ਯੂ ਆਰ ਫਿਜ਼ੀਕਲ ਟ੍ਰੇਨਿੰਗ ਆਈ ਵੁੱਡ ਹੈਵ ਨੋਟ ਐਡਵਾਈਜ਼ਡ ਯੂ ਦਿਸ, ਬਿਕੋਜ਼ ਕੰਪਿਊਟਰ ਵਰਕਸ ਔਨ ਲੋਜਿਕ ਜੀ ਸਰ, ਅਤੇ ਲੋਜੀਕਲੀ ਜੋ ਬਣਦਾ ਹੈ। ਸੀ ਐਮ ਸਾਹਿਬ ਨੂੰ ਅਸੀਂ ਮਿਲਾਵਾਂਗੇ, ਤੁਹਾਨੂੰ ਇੱਕ ਦੋ ਬੰਦੇ ਦੋ ਬੰਦੇ ਆ ਜਾਣ, ਇਹਨਾਂ ਲੋਜੀਕਲ ਨੂੰ ਇਲੋਜੀਕਲ ਬਣਾਇਆ। ਸਾਡੀਆਂ ਮੰਗਾਂ ਤੁਸੀਂ ਜਿਹੜੀਆਂ ਕਹਿ ਰਹੇ ਨਾ ਲੋਜੀਕਲ ਗੱਲ ਕਰਾਂਗੇ ਸਰ, ਇਹ ਲੋਜੀਕਲ ਗੱਲ ਨਹੀਂ ਕਰਦੇ, ਇਹ ਪੜ੍ਹੇ ਲਿਖੇ ਬੱਚਿਆਂ ਨੂੰ ਹਰਾਸ ਕਰ ਰਹੇ ਆ। ਮੈਂ ਤੁਹਾਨੂੰ ਦੱਸਦਾ ਤੁਹਾਡੇ ਸਰ, ਤੁਸੀਂ ਕਿਹੜੇ ਮੀਟਿੰਗ 'ਚ ਸਾਡੇ ਨਾਲ ਬੈਠੇ ਹੋ ਸਰ, ਇਦਾਂ ਦੀਆਂ ਗੱਲਾਂ ਕਰਦੇ ਸਾਨੂੰ ਡਿਨਾਈ ਕਰ ਦਿੰਦੇ ਹੋ। ਮੰਗ ਮੰਨੀਏ ਤੇ ਸਰਕਾਰ ਕੈਬਨਿਟ 'ਚ ਪਾਸ ਕਰਕੇ ਬਾ ਰਾਜਪਾਲ ਕੋ ਸਾਈਨ ਹੁੰਦੇ ਨਾ, ਉਹ ਸਾਡਾ ਨਾਮ ਹੋਇਆ ਪਿਆ ਆ, ਹੋ ਚੁੱਕਾ ਸਾਡਾ, ਉਹ ਹੀ ਨਹੀਂ ਇੰਪਲੀਮੈਂਟ ਹੁੰਦਾ ਪਿਆ ਸਰ। ਮੈਨੂੰ ਪਤਾ ਇਨਫੈਕਟ ਜਿਹੜੀਆਂ ਮੈਨੂੰ ਵੀ ਤੁਹਾਡੇ ਯੂਨੀਅਨ ਆ ਕੇ ਮਿਲਿਆ ਸੀਗਾ, ਕੋਈ ਕੰਸੋਲੀਡੇਟਿਡ ਐਜ਼ ਪਰ ਲਾਅ ਕਿ ਆਹ ਚੀਜ਼ ਹੈ, ਆਹ ਚੀਜ਼ ਹੈ, ਇਹਦੇ ਤਹਿਤ ਆਹ ਹੁੰਦਾ, ਇਹਦੇ ਤਹਿਤ ਆਹ ਹੁੰਦਾ। ਲੂਜ਼ ਸੈਟ ਆਫ 20 ਪੇਪਰਸ ਵੋ ਗੋਟ ਟੂ ਮੀ ਯੈਸਟਰਡੇ ਜੀ ਸਰ, ਲੂਜ਼ ਸੈਟ ਆਫ 20 ਪੇਪਰਸ। ਹੁਣ ਮੈਂ ਐਜ਼ ਅ ਡਿਪਟੀ ਕਮਿਸ਼ਨਰ ਜੇ ਮੈਂ ਅੱਗੇ ਆਪਣੀ ਸਲਾਹ ਵੀ ਦੇਣੀ ਹੈ, ਉਹ ਤੁਸੀਂ ਪੱਕੀ ਪਕਾਈ ਮੈਨੂੰ ਦਿਓਗੇ ਤਾਂ ਹੀ ਮੈਂ ਸਲਾਹ ਦੇ ਸਕਦਾ। ਮੈਨੂੰ 20 ਕਾਗਜ਼ ਕੱਲ੍ਹ ਤੁਹਾਡੇ ਜਿਹੜੇ ਇੱਥੋਂ ਦੇ ਹੈਗੇ ਆ ਉਹਨਾਂ ਨੇ ਦਿੱਤੇ, ਤਾਂ ਵੇਰੀਅਸ ਪੁਆਇੰਟਸ ਆਈ ਆਸਕਡ, ਦੇ ਵਰ ਨੋਟ ਏਬਲ ਟੂ ਆਨਸਰ। ਸੋ ਦੇਖੋ ਜੇ ਟੇਬਲ ਟਾਕ ਕਰਦੇ ਹੋ, ਮੈਂ ਵੀ ਨਾਲ ਉੱਥੇ ਸੀਐਮ ਸਾਹਿਬ ਨੂੰ ਕਹੂੰਗਾ ਜੀ ਕਿ ਐਜ਼ ਅ ਨੁਮਾਇੰਦਾ ਤੁਹਾਡਾ ਮੈਨੂੰ ਵੀ ਉੱਥੇ ਸੱਦ ਲੈਣ, ਸੈਕਟਰੀ ਸਾਹਿਬ ਨੂੰ ਸੱਦ ਲੈਣ। ਸਰ ਟੇਬਲ ਟਾਕ ਤੇ ਅਸੀਂ ਕਿਤੇ ਝੂਠੇ ਨਹੀਂ ਨੇ, ਕਿਉਂਕਿ ਸਾਡਾ ਪ੍ਰੋਪਰ ਪੇਪਰ ਕੈਬਨਿਟ ਪਾਸ ਹੋਇਆ, ਕੋਈ ਦੇ ਕੇ ਜਵਾਬ ਦੇ ਗਿਆ ਜੀ। 40 ਫਾਈਲ ਜਿਹੜੀਆਂ ਤੁਸੀਂ ਮਾਰ ਰਹੇ ਨਾ, ਉਹਨਾਂ ਤੋਂ ਪਈਆਂ ਨੇ, ਇਹਨਾਂ ਰੀਡ ਕੀਤੀਆਂ, ਤੇ 100% ਸ਼ੋਰਟੀ ਦਿੰਦੇ ਆ। 100% ਸ਼ੋਰਟੀ ਜਾਨੀ ਕਿ ਜਦ ਤੱਕ ਨੈਕਸਟ ਇਲੈਕਸ਼ਨ ਨਹੀਂ ਆਉਂਦੇ ਉਦੋਂ ਤੱਕ ਚੱਲਣਗੇ। ਇੰਪਲੀਮੈਂਟੇਸ਼ਨ ਕੇ ਲੀਏ ਲਾ ਪੁਆਇੰਟ ਵੀ ਦੇਖਣਾ ਪੜਤਾ ਹੈ। ਮੈਂ ਜਿਹੜਾ ਮੈਂ ਕਹਿ ਰਿਹਾ ਕਿ ਯਹਾਂ ਤਾਂ 77 ਐਜੂਕੇਸ਼ਨ ਨਾਲ ਬੈਠੇ ਜੀ, 77 ਐਜੂਕੇਸ਼ਨ ਨਾਲ ਬੈਠੇ, ਇੱਥੇ ਆਪਾਂ ਮਿਲ ਵੀ ਲਏ, ਅਸੀਂ ਤੁਹਾਨੂੰ ਮਿਲਾ ਵੀ ਦਿਆਂਗੇ, ਨੋ ਪ੍ਰੋਬਲਮ। ਬਟ ਲੋਜੀਕਲ ਐਂਡ ਹੋਊਗੀ ਜਿੱਥੇ ਜਿਹੜੇ ਥਿੰਕ ਟੈਂਕਸ ਹੈ ਸਿਵਲ ਸਰਵਿਸਿਸ ਦੇ, ਉਹ ਜਿਹੜੇ ਐਡਵਾਈਜ਼ਰ ਆ ਉੱਥੇ ਵੀ ਬੈਠਣ। ਲਾਰੀ ਲਾਏ ਜਾਂਦੇ ਆ, ਉਸ ਤੋਂ ਬਾਅਦ ਸਰ ਸਾਡੀ ਆਵਾਜ਼ ਨਹੀਂ ਪੁੱਛੀ ਜਾਂਦੀ। ਜਦੋਂ ਮੈਂ ਵਿਹਲਾ ਆਇਆ ਨਾ, ਮੇਰੇ ਕੋਲ ਆਓ ਐਂਡ ਆਈ ਵਿਲ ਐਡਵਾਈਜ਼ ਯੂ ਆਲਸੋ। ਅੱਛਾ ਸਰ, ਪਿਛਲੀ ਮੀਟਿੰਗ ਜੋ ਹੋਰ ਜੀ, ਮੈਂ ਗੱਲ ਕਰਨਾ ਚਾਹੁੰਦਾ ਕਿ ਸਰਕਾਰ ਨਹੀਂ ਇਸ ਵੇਲੇ ਜੋ ਸਰਕਾਰ ਕਰ ਰਹੀ ਆ, ਮਤਲਬ ਨੇਤਾ ਕਰਦੇ ਨੇ। ਦੇਸ਼ ਸੇਵ ਤੋਂ ਜਗਤਾਰ ਸਿੰਘ ਜੱਬੋਵਾਲ ਨੂੰ ਦਿਓ ਇਜਾਜ਼ਤ, ਵੀਡੀਓ ਨੂੰ ਵੱਧ ਤੋਂ ਵੱਧ ਕਰੋ ਸ਼ੇਅਰ, ਦੇਸ਼ ਸੇਵਕ ਵੈੱਬ ਨੂੰ ਕਰੋ ਸਬਸਕ੍ਰਾਈਬ, 9465013313 'ਤੇ ਕਰੋ ਕਾਲ, ਵੀਡੀਓ ਨਵੀਆਂ ਦੇਣ ਦੇ ਵਾਸਤੇ, ਵੀਡੀਓ ਨਵੀਂ ਬਣਾਉਣ ਦੇ ਵਾਸਤੇ। ਸ਼ੁਕਰੀਆ, ਧੰਨਵਾਦ, ਮਿਹਰਬਾਨੀ।